ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਲਨ ਟੀਚਿੰਗ ਗੁਰੂ ਦੇ ਉੱਤੇ ਤਾਂ ਅੱਜ ਅਫਕਲ ਕਰਾਂਗੇ ਕਿ ਪੀਟਰੀ ਪਲੱਸ ਬੀ ਦੇ ਵਿੱਚ ਜਿਹੜੀ ਟਾਈਪਿੰਗ ਟੈਸਟ ਜਿਹੜਾ ਹੋਣਾ ਹੈ ਇਹ ਰਿਜ਼ਲਟ ਤਾਂ ਇਹਦਾ ਆ ਚੁੱਕਿਆ ਹੈ ਲਿਸਟ ਆ ਚੁੱਕੀ ਹੈ ਹੁਣ ਸੈਕੰਡ ਜਿਹੜੀ ਸਟੇਜ ਆ ਉਹਦੇ ਵਿੱਚ ਟਾਈਪਿੰਗ ਟੈਸਟ ਹੋਊਗਾ ਇੰਗਲਿਸ਼ ਤੇ ਪੰਜਾਬੀ ਦਾ ਤਾਂ ਉਹਦੇ ਹੀ ਆਪਾਂ ਗੱਲ ਕਰਾਂਗੇ ਕਿ ਜਿਹੜਾ ਪਿਛਲੀ ਵਾਰ ਜਿਹੜਾ 416 2016 ਦੇ ਵਿੱਚ ਜਿਹੜਾ ਐਗਜ਼ਾਮ ਹੋਇਆ ਸੀਗਾ ਟਾਈਪਿੰਗ ਦਾ ਉਹਦੇ ਵਿੱਚ ਕੀ ਖੂਸ਼ ਜਿਹੜਾ ਹੈਗਾ ਕੀਤਾ ਗਿਆ ਸੀਗਾ ਤੇ ਕਿਵੇਂ ਤੁਸੀਂ ਕੀਬੋਰਡ ਨੂੰ ਚੈੱਕ ਆਊਟ ਕਰ ਸਕਦੇ ਹੋ ਤੇ ਕਿਵੇਂ ਇੱਕ ਤੁਹਾਡਾ ਜਿਹੜਾ ਛੋਟਾ ਜਿਹਾ ਮੋਕ ਟੈਸਟ ਹੈ ਉਹ ਲਿਆ ਗਿਆ ਸੀਗਾ ਤਾਂ ਸਭ ਤੋਂ ਪਹਿਲਾਂ ਤਾਂ ਜਿਹੜਾ 2016 ਤੋਂ ਪਹਿਲਾਂ ਜਿਹੜੇ ਟੈਸਟ ਹੁੰਦੇ ਸੀਗੇ ਉਹਦੇ ਵਿੱਚ ਕੀ ਇੱਕ ਪੈਰਾਗ੍ਰਾਫ ਆਂਦਾ ਸੀਗਾ ਸਕਰੀਨ ਦੇ ਉੱਤੇ ਸਿਰਫ ਇੱਕ ਟਾਈਮ ਤੇ ਜਿੰਨੇ ਵੀ ਵਰਡ ਹੁੰਦੇ ਸੀਗੇ ਉਹ ਸਾਰਾ ਹੀ ਪੈਰਾ ਇੱਕ ਟਾਈਮ ਤੇ ਤੁਹਾਡਾ ਸਕਰੀਨ ਤੇ ਦਿਖਾ ਦਿੱਤਾ ਜਾਂਦਾ ਸੀਗਾ ਤੇ ਉਸ ਨੂੰ ਦੇਖ ਕੇ ਲਿਖਣਾ ਹੁੰਦਾ ਸੀ ਪਰ ਹੁਣ ਜਿਹੜਾ ਹੈਗਾ 2016 ਦੇ ਵਿੱਚ ਕੀ ਕੀਤਾ ਗਿਆ ਚੰਕ ਸਿਸਟਮ ਜਿਹੜਾ ਹੈਗਾ ਉਹ ਵਰਤਿਆ ਗਿਆ ਚੰਕ ਦੇ ਵਿੱਚ ਕੀ ਹੁੰਦਾ ਜਿਵੇਂ ਤੁਸੀਂ ਮੌਕ ਟੈਸਟ ਲਾ ਕੇ ਦੇਖੀ ਹੋਣੇ ਕਿ ਇੱਕ ਜਿਹੜਾ ਪੈਰਾਗ੍ਰਾਫ ਆਂਦਾ ਹੈ ਟੋਟਲ 10 ਪੈਰਾਗ੍ਰਾਫ ਹੁੰਦੇ ਨੇ ਤੇ ਇੱਕ ਪੈਰਾਗ੍ਰਾਫ ਲਿਖਣ ਤੋਂ ਬਾਅਦ ਤੁਸੀਂ ਇੰਟਰ ਕਲਿੱਕ ਕਰੋਗੇ ਤਾਂ ਨੈਕਸਟ ਪੈਰਾਗ੍ਰਾਫ ਤੇ ਉੱਤੇ ਕਲਿੱਕ ਕਰ ਦੋ ਮਤਲਬ ਨੈਕਸਟ ਪੈਰਾਗ੍ਰਾਫ ਹੈ ਜਿਹੜਾ ਉਹਦੇ ਉੱਤੇ ਪਹੁੰਚ ਜਾਓਗੇ ਤੇ ਇਹਦੇ ਵਿੱਚ ਤੁਸੀਂ ਬੈਕ ਵੀ ਕਰ ਸਕਦੇ ਹੋ ਠੀਕ ਹੈ ਜੇ ਕੋਈ ਅੱਖਰ ਤੁਹਾਡਾ ਰਹਿ ਗਿਆ ਤੁਹਾਡੇ ਗਲਤੀ ਨਾਲ ਜਿਹੜਾ ਇੰਟਰ ਉਹ ਪ੍ਰੈਸ ਹੋ ਗਿਆ ਤਾਂ ਤੁਸੀਂ ਬੈਕ ਵੀ ਇਹਦੇ ਵਿੱਚ ਆ ਸਕਦੇ ਹੋ ਦੂਜਾ ਜਿਹੜਾ ਹੈਗਾ ਇਹਦੇ ਵਿੱਚ ਰਾਵੀ ਫੌਂਟ ਜਿਹੜਾ ਹੈਗਾ ਉਹ ਇਸਤੇਮਾਲ ਕੀਤਾ ਗਿਆ ਸੀਗਾ ਰਾਵੀ ਫੌਂਟ ਦੇ ਵਿੱਚ ਤੁਸੀਂ ਲਿਖ ਰਹੇ ਹੋ ਤੇ ਤੁਸੀਂ ਪ੍ਰੈਕਟਿਸ ਵੀ ਰਾਵੀ ਫੌਂਟ ਦੇ ਵਿੱਚ ਹੀ ਕਰ ਰਹੇ ਹੋ ਨੇ ਤਾਂ ਦੋ ਦੋ ਗੱਲਾਂ ਹੋ ਗਿਆ ਇੱਕ ਤਾਂ ਰਾਵੀ ਫੌਂਟ ਵਰਤਿਆ ਗਿਆ ਦੂਜਾ ਜਿਹੜਾ ਪੈਰਾਗ੍ਰਾਫ ਤੋਂ ਲੈ ਕੇ ਚੰਕ ਸਿਸਟਮ ਦੇ ਵਿੱਚ ਆਏ ਕਿ 10 ਚੰਕ ਜਿਹੜੇ ਆਉਣਗੇ ਉਹ ਕੰਪਲੀਟ ਕਰਨੇ ਹੋਣਗੇ ਪਹਿਲੇ ਚੰਕ ਦਾ 80% ਜਦੋਂ ਤੁਸੀਂ ਲਿਖ ਦੋਗੇ ਤਾਂ ਹੀ ਤੁਸੀਂ ਜਿਹੜਾ ਹੈਗਾ ਦੂਸਰੇ ਚੰਕ ਦੇ ਵਿੱਚ ਜਿਹੜਾ ਸ਼ਿਫਟ ਆ ਉਹ ਹੋ ਸਕਦਿਆਂ ਉਸ ਤੋਂ ਬਾਅਦ ਗੱਲ ਕਰਦੇ ਆਂ ਕੀਬੋਰਡ ਦੀ ਸਿਸਟਮ ਦੀ ਟੈਸਟਿੰਗ ਦੀ ਕੀਬੋਰਡ ਟੈਸਟਿੰਗ ਵਾਸਤੇ ਤੁਹਾਨੂੰ ਜਿਹੜਾ ਹੈਗਾ 2 ਮਿੰਟ ਦਾ ਸਮਾਂ ਦਿੱਤਾ ਜਾਂਦਾ ਹੈ ਇਹਦੇ ਵਿੱਚ ਕੀ ਕਰਦੇ ਨੇ ਜਿਹੜੇ ਵੀ ਸਿਸਟਮ ਦੇ ਅੱਗੇ ਤੁਸੀਂ ਬੈਠੇ ਹੋ ਉਹ ਤੁਹਾਨੂੰ ਇੱਕ ਮੋਕ ਟੈਸਟ ਦੇਣਗੇ 2 ਮਿੰਟ ਦਾ ਕਿ ਤੁਸੀਂ ਜਿਹੜੇ ਆਪਣੇ ਕੀਬੋਰਡ ਦੇ ਸਾਰੇ ਬਟਨ ਜਿਹੜੇ ਚੈੱਕ ਕਰ ਲਓ ਸਹੀ ਚੱਲਦੇ ਨੇ ਜਾਂ ਫਿਰ ਨਹੀਂ ਤੁਸੀਂ 2 ਮਿੰਟ ਦੇ ਵਿੱਚ ਜਿਹੜਾ ਤੁਹਾਡਾ ਪੈਰਾਗ੍ਰਾਫ ਹੋਊਗਾ ਉਹ ਲਿਖਣਾ ਹੋਊਗਾ ਜੇਕਰ ਤੁਹਾਡੇ ਸਾਰੇ ਬਟਨ ਉਹਦੇ ਵਿੱਚ ਲਿਖਣ ਤੋਂ ਬਾਅਦ ਉਹਦਾ ਪ੍ਰਿੰਟ ਜਿਹੜਾ ਹੈਗਾ ਉਹੋ ਕੱਢ ਕੇ ਜਿਹੜਾ ਹੈਗਾ ਲੈ ਕੇ ਜਾਣਗੇ ਤੇ ਉਹਦੇ ਉੱਤੇ ਡੈਕਲੇਰੇਸ਼ਨ ਹੋਊਗਾ ਉਹਦੇ ਉੱਤੇ ਤੁਹਾਡੇ ਸਾਈਨ ਕਰਾਨਗੇ ਤਾਂ ਕਿ ਤੁਸੀਂ ਬਾਅਦ ਦੇ ਵਿੱਚ ਇਹ ਨਾ ਕਹਿ ਦਿਓ ਕਿ ਸਾਡਾ ਕੀਬੋਰਡ ਨਹੀਂ ਚੱਲ ਰਿਹਾ ਸੀਗਾ ਹੁਣ ਜਿਹਦਾ ਕੀਬੋਰਡ ਨਹੀਂ ਚੱਲਦਾ ਉਹ ਨਾਲ ਦੇ ਨਾਲ ਜਿਹੜਾ ਹੈਗਾ ਚੇਂਜ ਕਰ ਦਿੰਦੇ ਨੇ ਦੂਸਰਾ ਜਿਹੜਾ ਕੀਬੋਰਡ ਹੈ ਉਹ ਤੁਹਾਨੂੰ ਦੇ ਦਿੰਦੇ ਨੇ ਇਹ ਬਹੁਤ ਵਧੀਆ ਪਹਿਲ ਕੀਤੀ ਸੀਗੀ ਪੀਟਰੀ ਪਲਸ ਵੀ ਬੋਰਡ ਵੱਲੋਂ ਤੇ ਇਸ ਵਾਰ ਵੀ ਇਹੀ ਜਿਹੜਾ ਹੈਗਾ ਇਹੀ ਕੀਤਾ ਜਾਣਾ ਜਿਹੜਾ 2016 ਦੇ ਵਿੱਚ ਕੀਤਾ ਗਿਆ ਸੀਗਾ ਕਿ ਟਾਈਪਿੰਗ ਦੇ ਵਿੱਚ ਜਿਹੜਾ ਹੈਗਾ ਕਿਸੇ ਨੂੰ ਵੀ ਕੋਈ ਵੀ ਗਲਤੀ ਜਿਹੜੀ ਹੈਗੀ ਆ ਉਹ ਨਾ ਹੋਵੇ ਨਹੀਂ ਬੋਰਡ ਦੀ ਨਹੀਂ ਕੋਈ ਕੈਂਡੀਡੇਟ ਦੀ ਤੇ ਉਸ ਤੋਂ ਬਾਅਦ ਸਿਸਟਮ ਦੀ ਜਿਹੜੀ ਟੈਸਟਿੰਗ ਹੈ ਸਿਸਟਮ ਤਾਂ ਦੇਖੋ ਚੱਲੇ ਰਿਹਾ ਹੈ ਜੇਕਰ ਤੁਹਾਡੀ ਅੱਛੀ ਚੰਗੀ ਤਰ੍ਹਾਂ ਟਾਈਪਿੰਗ ਉੱਥੇ ਹੋ ਰਹੀ ਹੈ ਤਾਂ ਜਿਹੜਾ ਹੈਗਾ ਸਿਸਟਮ ਬਾਕੀ ਸਿਸਟਮ ਦਾ ਕੰਮ ਕਰ ਹੀ ਰਿਹਾ ਹੈ ਉਸ ਤੋਂ ਬਾਅਦ ਤੁਹਾਡਾ 2 ਮਿੰਟ ਤੋਂ ਬਾਅਦ ਇੱਕ ਇੰਗਲਿਸ਼ 2 ਮਿੰਟ ਇੰਗਲਿਸ਼ ਦੇ 2 ਮਿੰਟ ਪੰਜਾਬੀ ਦੇ ਟਾਈਪਿੰਗ ਟੈਸਟ ਹੋਣ ਤੋਂ ਬਾਅਦ ਤੁਹਾਡਾ ਰੀਅਲ ਜਿਹੜਾ ਟੈਸਟ ਹੈ ਉਹ ਫਿਰ ਕੰਡਕਟ ਹੁੰਦਾ ਜਦੋਂ ਸਾਰਿਆਂ ਦੇ ਕੀ ਜਿਹੜੇ ਕੀਬੋਰਡ ਨੇ ਸਹੀ ਚੱਲਣਾ ਆ ਜਾਂਦੇ ਨੇ ਫਿਰ ਤੁਹਾਡਾ ਜਿਹੜਾ ਸਾਰਿਆਂ ਦਾ ਜਿਹੜਾ ਹੈਗਾ ਟਾਈਪਿੰਗ ਟੈਸਟ ਜਿਹੜਾ ਉਹ ਕ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਾਈਨਲ ਦਾ ਨਾਲ ਦੇ ਨਾਲ ਤੁਹਾਨੂੰ ਜਿਹੜਾ ਰਿਜ਼ਲਟ ਹੈ ਹੋਈ ਉੱਥੋਂ ਹੀ ਕੱਢ ਕੇ ਜਿਹੜਾ ਹੈਗਾ ਤੁਹਾਨੂੰ ਪਤਾ ਲੱਗ ਜਾਂਦਾ ਉੱਥੇ ਹੀ ਕੱਢ ਕੇ ਰਿਜ਼ਲਟ ਜਿਹੜਾ ਉਹ ਦਿਖਾ ਦਿੰਦੇ ਨੇ ਫੇਲ ਹੈ ਜਾਂ ਪਾਸ ਹੈ ਠੀਕ ਹੈ ਜੀ ਤਾਂ ਇਹ ਸੀਗਾ ਜੀ ਸਾਰਾ ਪ੍ਰੋਸੈਸ ਹੁਣ ਜਿਹੜਾ ਹੈਗਾ ਪੀਟ੍ਰੀਪਲੱਸਬੀ ਬੋਰਡ ਜਿਹੜਾ ਟਾਈਪਿੰਗ ਟੈਸਟ ਹੋਣਾ ਇਸ ਵਾਰ ਵੀ ਉਹ ਵੀ ਜਲਦੀ ਹੀ ਲਿਆ ਜਾਊਗਾ ਬਾਕੀ ਜਿਵੇਂ ਤੁਸੀਂ ਜਾਣਦੇ ਹੋ ਬਾਕੀ ਪ੍ਰੋਸੈਸ ਜਿਹੜੀ ਹੈਗੀ ਉਹ ਵੀ ਚੱਲ ਰਹੀ ਹੈ ਤੇ ਇਸ ਦੀ ਵੀ ਡੇਟਸ ਜਿਹੜੀਆਂ ਹੈਗੀਆਂ ਜਲਦੀ ਹੀ ਆਉਣਗੀਆਂ ਜਿਵੇਂ ਵੀ ਆਉਣਗੀਆਂ ਤੁਹਾਨੂੰ ਜਿਹੜਾ ਹੈਗਾ ਦੱਸ ਦਿੱਤਾ ਜਾਵੇਗਾ ਜੁੜੇ ਰਹੋ ਸਾਡੇ ਚੈਨਲ ਨਾਲ ਤੇ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਧੰਨਵਾਦੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕ ਯੂ